ਲੈ ਵੀ ਦੋਸਤੋ ਚੱਲਦੇ ਚੱਲਦੇ ਐਕਟਿਵਾ ਨਾ ਜਿਹੜੀ ਸਾਡੀ ਹੈ ਇਹਦੇ ਸ਼ੂਜ਼ ਜੇ ਖਰਾਬ ਹੋ ਗਏ ਉਹ ਵੇਖੋ ਆ ਜਿਹੜੇ ਤੂਰੀ ਲਾਈਨ ਤੇ ਥੱਲੇ ਨਾ ਜਿੰਨੇ ਵੀ ਸਪੇਅਰ ਪਾਰਟ ਦਾ ਕੰਮ ਕਰਦੇ ਯਾਰ ਦੋਸਤ ਨੇ ਇੱਕ ਕੋਲੋਂ ਇੱਕ ਚੱਕਿਆ ਮੈਂ ਦੂਜੇ ਕੋਲੋਂ ਦੂਜਾ ਚੱਕ ਲਿਆ ਵੀ ਕਹਿੰਦੇ ਵੀ ਬੰਦਾ ਨਾ ਬੜੀਆਂ ਕਿਰਸਾਂ ਕਰਦਾ ਵਾ ਬੜੇ ਪੈਸੇ ਬਚਾਉਂਦਾ ਵਾ ਬੜੀਆਂ ਠੱਗੀਆਂ ਕਰਦਾ ਵਾ ਬੜੀ ਨੱਟਬਾਜ਼ੀ ਕਰਦਾ ਵਾ ਪਰ ਭਾਈ ਰੱਬ ਦਾ ਜਿਹੜਾ ਨਾ ਵੇਖਣਾ ਜਾਂ ਜਿਹੜੀ ਰੱਬ ਦੀ ਲਾਠੀ ਆ ਬਈ ਬੜੀ ਉਹ ਕੈੜੀ ਆ ਪਤਾ ਨਹੀਂ ਕਿਹੜੇ ਪਾਸੋਂ ਨਾ ਤੁਹਾਡੇ ਪੈਸੇ ਕੱਢ ਲੈਣੇ ਆ ਤੁਹਾਨੂੰ ਬਿਮਾਰ ਕਰ ਦੇਣਾ ਤੁਹਾਡੇ ਸਾਰੇ ਪੈਸੇ ਲੱਗ ਜਾਣੇ ਆ ਹੈਂ ਗੱਡੀ ਖਰਾਬ ਹੋ ਗਈ ਕੋਈ ਹੋਰ ਚੀਜ਼ ਖਰਾਬ ਹੋ ਗਈ ਬੰਦਾ ਉੱਧਰੋਂ ਪੈਸੇ ਕਮਾਉਂਦਾ ਤਾਂ ਉੱਧਰ ਲੱਗ ਜਾਂਦੇ ਉੱਧਰ ਕਮਾਉਂਦਾ ਤਾਂ ਇੱਧਰ ਲੱਗ ਜਾਂਦੇ ਹੈਗੇ ਆ ਸਾਰੀ ਜਿਹੜੀ ਦੁਨੀਆਦਾਰੀ ਆ ਨਾ ਇੰਜੇ ਚੱਲਦੀ ਹੈਗੀ ਆ ਹੁਣ ਅਸੀਂ ਲੈ ਕੇ ਆਏ ਹੈਗੇ ਆ ਆਹ ਸੂਜ਼ ਵੀ ਲਿਆਉਂਦੇ ਹੈਗੇ ਮੁੰਡਾ ਕਹਿੰਦਾ 50 ਰੁਪਏ ਲੈਣੇ ਪਿਛਲਾ ਪਾਉਣ ਦੇ ਮੈਂ ਕਿਹਾ ਕਾਕਾ ਲੈ ਲਾ ਹੈਂ 200 ਦਾ ਤੇਲ 50 ਇਹ ਕੱਲ੍ਹ ਬ੍ਰੇਕ ਟੁੱਟ ਗਈ ਸੀ ਇਹਦੀ ਕਾਕਾ ਬ੍ਰੇਕ ਵੀ ਦਿਖਾ ਦੇ ਉਹ ਵੀ 200 ਦੀ ਪਵਾਈ ਉਹ ਮੁੰਡਾ ਕਹਿੰਦਾ 85 ਰੁਪਏ ਦੀ ਸੀਗੀ ਉਹ ਮੈਂ ਕਿਹਾ ਭਾਈ ਮੈਂ ਕਾਕਾ ਤਾਰ ਕਿੰਨੇ ਪੈਸੇ ਲੈਣਾ ਪਾਉਣ ਦੇ ਤਾਰ ਪਾਉਣ ਦੇ ਪਿਛਲੇ ਹੈਂ 50 ਰੁਪਏ ਹੋ ਗਏ 85-90 ਰੁਪਏ ਦੀ ਹੋ ਗਈ 140 ਰੁਪਏ ਉਹ 200 ਰੁਪਏ 60 ਰੁਪਏ ਹੋਰ ਵੱਧ ਹੈਂ ਵੀ ਯਾਰ ਜਾਇਜ਼ ਪੈਸੇ ਲੈ ਲਓ ਕੱਲ੍ਹ ਤਾਰ ਪਵਾਈ ਨਾ ਮੈਂ ਉਹ ਧੂਰੀ ਲੈਣ ਦੇ ਬੰਦਾ ਕਹਿੰਦਾ ਆ ਜਾਓ ਭਾਜੀ ਗੱਲਾਂ ਕਰ ਰਹੇ ਹਾਂ ਆਪਾਂ ਕਿਹੜਾ ਸੀ ਉੱਧਰ ਲਿਖਾ ਪਾਓ ਜੀ ਉੱਧਰ ਸਰਮਾਈ ਜਾਂਦੇ ਹੈਗੇ ਆ ਦੇਖੋ ਉਹਨੇ 200 ਰੁਪਏ ਲੈ ਲਏ ਮੇਰੇ ਕੋਲੋਂ ਆ ਮੁੰਡਾ ਹੁਣ ਤਾਂ ਕਹਿੰਦਾ ਧੂਰੀ ਲੈਣ ਦੇ ਥੱਲੇ ਕਹਿੰਦਾ 85 ਰੁਪਏ ਦੀ ਤਾਰ ਸੀਗੀ ਹੈਂ ਕਹਿੰਦਾ 100 ਦੀ ਲਾ ਦਿੰਦਾ 50 ਪਵਾਈ 150 50 ਵੱਧ ਲੈ ਗਿਆ ਹੈਂ ਯਾਰ ਇੰਨਾ ਵੀ ਨਾ ਠੱਗੀ ਮਾਰੋ ਯਾਰ ਬੰਦਾ ਗਾਹਕ ਆਵੇ ਉਹ ਧੋਣੀ ਲਾ ਦਿਓ ਉਹਦੀ ਹੈਂ ਉਹਨੇ ਪੈਸੇ ਕਮਾਓ ਜਿੰਨੇ ਜਾਇਜ਼ ਹੁੰਦੇ ਹੈਗੇ ਸਾਡੇ ਵੀ ਨਿਕਲ ਗਏ ਨਾ ਉਹਨਾਂ ਦੇ ਚੱਕ ਕੇ ਲੈ ਮੁਫਤ ਲੈ ਕੇ ਆਏ ਅਸੀਂ ਦਵਾਲੀ ਕਹਿ ਕੇ ਲਿਆਉਂਦੇ ਚੱਕ ਕੇ ਸਾਡੇ ਦੂਜੇ ਪਾਸੇ ਨਿਕਲ ਜਾਣੇ ਜਾ ਕੇ ਉਹ ਕਿਸੇ ਦਾ ਹੱਕ ਨਾ ਰੱਖੋ ਹਿੱਸਾ ਨਾ ਰੱਖੋ ਕਾਕੇ ਮੇਰੇ ਵੱਲ ਮਾਰੀ ਜਾਣਾ ਦੁਨੀਆ ਵੱਲ ਮਾਰੀ ਆ ਤੂੰ ਉੱਧਰ ਉੱਧਰ ਮਾਰੀ ਆ ਮੈਨੂੰ ਵਿਖਾਈ ਜਾਣ ਡਿਆ ਤੂੰ ਇੱਧਰ ਮਾਰ ਦੇ ਆਪਣੀ ਕਿਹੜਾ ਇੰਨੀ ਸੋਹਣੀ ਸ਼ਕਲ ਹੈਗੀ ਆ ਆ ਮੁੰਡਾ ਦਿਖਾ ਦੇ ਕਿੱਦਾਂ ਸਾਫ਼ ਕਰਦਾ ਪਿਆ ਵਾ 50 ਰੁਪਏ ਲੈਣੇ ਮੁੰਡੇ ਨੇ ਸਾਰੇ ਆਪਣੇ ਕੋਲੋਂ ਹੈਂ ਪੂਰੀ ਮਿਹਨਤ ਕਰਦਾ ਪਿਆ ਅਗਲਾ ਰੇਗ ਮਾਰ ਲਾ ਕੇ ਇਹ ਚਾਹੇ ਤਾਂ ਰੇਗ ਮਾਰ ਨਾ ਲਾਵੇ ਉਹਦੀ ਠੋਕ ਦੇਵੇ ਪਰ ਨਹੀਂ ਫਿਰ ਵੀ ਕਹਿੰਦਾ ਜੀ ਆਪਾਂ ਵਧੀਆ ਕੰਮ ਕਰਨਾ ਦੇਖੋ ਨਾ ਆ ਦੁਕਾਨ ਹੈਗੀ ਇਹਨਾਂ ਦੀ ਚਾਵਲਾ ਆਟੋ ਵਾਲੇ ਆ ਉਹ ਚਾਵਲਾ ਵਾਲੇ ਆ ਨਾ ਦਿਖਾਓ ਅੱਛਾ ਦੁਕਾਨ ਹੈ ਤੁਹਾਡੀ ਭਾਈ ਦੁਕਾਨ ਹੈ ਅੱਛਾ 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 ਚਲੋ ਠੀਕ ਆ ਵਧੀਆ ਗੱਲ ਹੈਗੀ ਆ ਚਲ ਭਾਈ ਜੀ ਵਧੀਆ ਕੰਮ ਕਰਦੇ ਤੁਹਾਡੇ ਮੁੰਡੇ ਸਾਡੇ ਵੀ ਉੱਧਰ ਮੁੰਡੇ ਹੈਗੇ ਇੱਦਾਂ ਦੇ ਸਿਵਲ ਲਾਈਨ ਤੋਂ ਆਏ ਚੱਲਦੇ ਚੱਲਦੇ ਉਹ ਜਿੱਥੇ ਅਸੀਂ ਕੰਮ ਕਰੀਦਾ ਉੱਥੇ ਗੱਲਾਂ ਕਰ ਲਈਦੀਆਂ ਗੱਲਬਾਤ ਕੋਈ ਨਹੀਂ ਹੈਗੀ ਗੱਲ ਸਿਰਫ ਇਹੀ ਆ ਬੰਦਾ ਨਾ ਪਤਾ ਨਹੀਂ ਕਿੱਥੋਂ ਕਿੱਥੋਂ ਠੱਗੀਆਂ ਮਾਰਦਾ ਰੱਬ ਕੱਢ ਲੈਂਦਾ ਫਿਰ ਉਹਦੇ ਪੈਸੇ ਪੂਰੇ ਕਰ ਲੈਂਦਾ ਵਾ ਹਾਂ ਆਹ ਵੱਡੇ ਵੱਡੇ ਜਿਹੜੇ ਵੱਡੇ ਗੱਡੀਆਂ 'ਚ ਬੈਠੇ ਨਾ ਜਾਂ ਵੱਡੇ ਵੱਡੇ ਨੋਟ ਕਮਾਉਂਦੇ ਨੇ ਆਹ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਇਹਨਾਂ ਦਾ ਵੀ ਹਿਸਾਬ ਬਰਾਬਰ ਹੋ ਜਾਂਦਾ ਵਾ ਉਹ ਚੰਗੇ ਕੰਮ ਕਰ ਬੰਦੇ ਆ ਇੱਥੇ ਬੈਠ ਸਦਾ ਨਹੀਂ ਰਹਿਣਾ ਹੈ ਚੰਗੇ ਕੰਮ ਤਾਂ ਕਰਨੇ ਨਹੀਂ ਹੈਗੇ ਬਾਬਾ ਨਾਨਕ ਨੇ ਕੀ ਕਿਹਾ ਸਾਨੂੰ ਨਹੀਂ ਪਤਾ ਹੈਗਾ ਗੀਤਾ ਜੀ ਲਿਖਿਆ ਸਾਨੂੰ ਨਹੀਂ ਪਤਾ ਹੈਗਾ ਮੈਂ ਗੱਲਾਂ ਗੱਲਾਂ ਨੇ ਯਾਰ ਆ ਠੀਕ ਆ ਬਾਈ ਕਰਾ ਕੇ ਨਾ ਫਿਰ ਚੱਲਦੇ ਹੈਗੇ ਅਸੀਂ ਹੈ ਹੋਰ ਕੀ ਚੱਲ ਚੱਲੀਏ ਯਾਰ ਮੰਟੀ ਫਿਰ ਚੱਲਦੇ ਹਾਂ ਕਿਤੇ ਠੀਕ ਹੋਣ ਲੱਗਾ ਆਪਣਾ ਇਹ